ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਗੱਲ ਕਰਦੇ ਹਾਂ MP ਦੇ ਇਲੈਕਸ਼ਨ ਜਿਹੜੇ ਹੁਣੇ ਹੁਣੇ ਸਮਾਪਤ ਹੋਏ, ਬਹੁਤ ਸਾਰੀਆਂ ਪਾਰਟੀਆਂ ਦੀ ਜਿੱਤ ਹੋਈ, ਬਹੁਤ ਸਾਰੀਆਂ ਪਾਰਟੀਆਂ ਦੀ ਹਾਰ ਹੋਈ। ਪੰਜਾਬ ਦੇ ਵਿੱਚ 13-0 ਦਾ ਦਾਅਵਾ ਸੀ ਆਪ ਪਾਰਟੀ ਦਾ, 3 ਸੀਟਾਂ ਦੇ ਉੱਤੇ ਸਿਮਟ ਕੇ ਰਹਿ ਗਏ। ਕੀ ਕਾਰਨ ਰਹੇ, ਕਿਸ ਤਰੀਕੇ ਦੇ ਨਾਲ ਇਹ ਆਪਣੇ ਪ੍ਰਸਾਰ ਨੂੰ ਦੇਖਦੇ ਆ, ਭਵਿੱਖ ਕਿਸ ਤਰੀਕੇ ਦਾ ਰਹੇਗਾ। ਸੋ ਇੱਕ ਬਹੁਤ ਹੀ ਅਹਿਮ ਸ਼ਖਸੀਅਤ ਸਾਡੇ ਨਾਲ ਨੇ, ਰਾਕੇਸ਼ ਸੁਮਨ ਜੀ, ਜੋ ਕਿ ਆਪ ਪਾਰਟੀ ਦੇ ਬਹੁਤ ਤੇਜ਼ ਤਰਾਰ ਨੇਤਾ ਨੇ ਔਰ ਪਾਰਟੀਆਂ ਦਾ ਜਿਹੜਾ ਰੁੱਖ ਆ ਉਸ ਨੂੰ ਵੀ ਸਮਝਦੇ ਆ, ਆਪ ਪਾਰਟੀ ਦੀ ਜਿਹੜੀ ਆ ਦਿਸ਼ਾ ਉਸ ਨੂੰ ਵੀ ਦੇਖਦੇ ਆ ਔਰ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਅਹਿਮ ਨਾਮ। ਸਰ ਬਹੁਤ ਬਹੁਤ ਸਵਾਗਤ। ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਲੋਕ ਪਾਰਟੀਆਂ ਦੀਆਂ ਟਿਕਟਾਂ ਲੈਣ ਵਾਸਤੇ ਲਾਈਨਾਂ 'ਚ ਲੱਗੇ ਹੁੰਦੇ, ਤੁਸੀਂ BSP ਦੀ ਟਿਕਟ ਛੱਡ ਦਿੱਤੀ, ਕੀ ਕਾਰਨ ਰਹੇ? ਪਹਿਲੇ ਤਾਂ ਸੰਜੀਵ ਜੀ, ਮੈਂ ਤੁਹਾਡਾ ਆਪਣੇ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ਔਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਮੌਕਾ ਦੇ ਰਹੇ ਹੋ। ਠੀਕ ਹੈ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਲੋਕ ਅਕਸਰ ਪਾਰਟੀਆਂ ਨਾਲ ਉਦੋਂ ਨਾਰਾਜ਼ ਹੁੰਦੇ ਆ ਜਦੋਂ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਜਾਂਦੀ ਜਾਂ ਜਦੋਂ ਉਹਨਾਂ ਨੂੰ ਅਣਸੁਣਾ ਕਰਤਾ ਜਾਏ, ਖਾਸਕਰ ਉਦੋਂ ਜਦੋਂ ਉਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤਵੱਜੋ ਨਾ ਦਿੱਤੀ ਜਾਏ ਜਾਂ ਟਿਕਟ ਨਾ ਦਿੱਤੀ ਜਾਏ। ਸੋ ਟਿਕਟ ਤਾਂ ਇੱਕ ਬਹੁਤ ਮਤਲਬ ਪੋਲੀਟੀਕਲ ਕਰੀਅਰ ਦੇ ਵਿੱਚ ਗੱਲ ਹੀ ਸਾਰੀ ਇੱਥੇ ਆ ਜਾਂਦੀ ਹੈ ਕਿ ਜੋ ਵੀ ਕੋਈ ਕਿਸੇ ਵੀ ਪਾਰਟੀ 'ਚ ਹੁੰਦਾ ਉਹ ਚਾਹੁੰਦਾ ਕਿ ਮੈਨੂੰ MLA MP ਦੀ ਟਿਕਟ ਮਿਲੇ। ਸੋ ਮੈਨੂੰ ਵੀ ਪਾਰਟੀ ਨੇ, ਹਾਈ ਕਮਾਂਡ ਨੇ ਟਿਕਟ ਦਿੱਤੀ ਸੀ, ਬਿਲਕੁਲ ਟਿਕਟ ਦਿੱਤੀ ਸੀ, ਅਤੇ ਮੈਂ ਉਹ ਟਿਕਟ ਔਰ ਪਾਰਟੀ ਨੂੰ ਅਲਵਿਦਾ ਕਰਤਾ। ਕਿਉਂਕਿ ਕਾਰਨ ਕੀ ਰਹੇ, ਆਪ ਪਾਰਟੀ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਜਾਂ BSP ਪਾਰਟੀ ਨੇ ਤੁਹਾਨੂੰ ਕਿਤੇ ਨਾ ਕਿਤੇ ਨਿਰਾਸ਼ ਕੀਤਾ, ਕਿਸ ਤਰੀਕੇ ਨਾਲ ਦੇਖਿਆ? ਇਸ ਤਰ੍ਹਾਂ ਹੈ ਕਿ ਮੈਂ BSP ਨੇ ਵੀ ਮੈਨੂੰ ਬਹੁਤ ਨਾਰਾਜ਼ ਕੀਤਾ, ਹਾਈ ਕਮਾਂਡ ਨੇ ਤਾਂ ਮੈਨੂੰ ਟਿਕਟ ਦੇ ਦਿੱਤੀ, ਨੋ ਡਾਊਟ ਉਹਨਾਂ ਨੇ ਮੇਰੇ 'ਤੇ ਬਹੁਤ ਭਰੋਸਾ ਕੀਤਾ, ਪਬਲਿਕ ਨੇ ਵੀ ਮੇਰੇ 'ਤੇ ਬਹੁਤ ਭਰੋਸਾ ਕੀਤਾ ਔਰ ਮੈਨੂੰ ਬਹੁਤ ਪਿਆਰ ਦਿੱਤਾ। ਪਰ ਜੋ ਸਾਡੇ ਪੰਜਾਬ BSP ਦੇ ਜਿਹੜੇ ਮੇਨ ਲੀਡਰ ਹੈਗੇ ਆ, ਵੱਡੇ ਲੀਡਰ ਪੰਜਾਬ ਦੇ, ਉਹਨਾਂ ਲੋਕਾਂ ਨੇ ਮੇਰਾ ਸਾਥ ਨਹੀਂ ਦਿੱਤਾ, ਉਹ ਫੀਲਡ ਦੇ ਵਿੱਚ ਜਾਂਦੇ ਹੀ ਨਹੀਂ, ਲੋਕਾਂ ਨੂੰ ਮਿਲਦੇ ਹੀ ਨਹੀਂ। ਸੋ ਲੋਕ ਬਹੁਤ ਨਾਰਾਜ਼ ਸੀ, ਮੈਂ ਜਦੋਂ ਵੀ ਜਾਣਾ ਫੀਲਡ 'ਚ ਉਹਨਾਂ ਨੇ ਮੈਨੂੰ ਕਹਿਣਾ ਕਿ ਉਹ ਲੀਡਰ ਸਾਡੇ ਕਿੱਥੇ ਆ, ਅਤੇ ਬਸ ਮੇਰਾ ਸਾਥ ਨਹੀਂ ਦਿੱਤਾ ਉਹਨਾਂ ਲੋਕਾਂ ਨੇ ਤਾਂ ਮੈਨੂੰ ਹਾਰ ਕੇ। ਇਹ ਵੀ ਮੰਨਿਆ ਜਾਂਦਾ ਹੈ ਕਿ ਹੁਸ਼ਿਆਰਪੁਰ ਔਰ ਜਲੰਧਰ ਦੇ ਵਿੱਚ BSP ਦੀ ਜਿਹੜੀ ਬਹੁਤ ਵੱਡਾ ਵੋਟ ਬੈਂਕ ਸੀਗਾ ਉਸ ਨੂੰ ਤੁਸੀਂ ਬਹੁਤ ਡੈਂਟ ਲਗਾਇਆ। ਖਾਸ ਕਰਕੇ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਪਿਛਲੇ MP ਦੇ ਇਲੈਕਸ਼ਨ 'ਚ ਲਗਭਗ 1.5 ਲੱਖ ਵੋਟ ਜਿਹੜੀ ਆ BSP ਨੇ ਲੈ ਕੇ ਗਏ ਸੀ, ਇਸ ਇਲੈਕਸ਼ਨ 'ਚੋਂ 50,000 ਤੋਂ ਵੀ ਥੱਲੇ ਰਹਿ ਗਈ। ਸੋ ਇਹਦੇ ਵਿੱਚ ਤੁਹਾਡੀ ਭੂਮਿਕਾ ਜਿਹੜੀ ਆ ਉਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹਦੇ 'ਚ ਮੈਂ ਤਾਂ ਹਰ ਕੋਈ ਆਪਣੀ ਤਾਰੀਫ ਕਰਦਾ ਹੈ ਨਾ ਕਿ ਮੈਂ ਕੀਤਾ ਸਭ ਕੁਛ, ਲੇਕਿਨ ਤੁਸੀਂ ਪਬਲਿਕ ਨੂੰ ਪੁੱਛੋ, ਤੁਸੀਂ ਇੱਕ ਸੀਨੀਅਰ ਪੱਤਰਕਾਰ ਹੋ, ਜਰਨਲਿਸਟ ਹੋ, ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ, ਕਿਉਂਕਿ ਪੰਜਾਬ ਦੇ ਵਿੱਚ BSP ਪਾਰਟੀ ਨੇ ਸਭ ਤੋਂ ਪਹਿਲੇ ਮੈਨੂੰ ਟਿਕਟ ਦਿੱਤੀ ਸੀ ਜੀ, ਸਭ ਤੋਂ ਪਹਿਲਾਂ ਕੈਂਡੀਡੇਟ ਮੈਂ ਸੀ ਜਿਹਨੂੰ ਹੁਸ਼ਿਆਰਪੁਰੋਂ ਟਿਕਟ ਅਨਾਊਂਸ ਹੋਈ, ਅਤੇ ਮੈਂ, ਕਿਉਂਕਿ ਸਭ ਤੋਂ ਪਹਿਲੇ ਮੈਂ ਅਨਾਊਂਸ ਹੋਇਆ ਸੀ ਅਤੇ ਮੈਂ ਉੱਥੇ ਬਹੁਤ ਜ਼ੋਰ ਲਾਇਆ ਡੋਰ ਟੂ ਡੋਰ, ਚਾਹੇ ਹੁਸ਼ਿਆਰਪੁਰ ਹੈ, ਚਾਹੇ ਭੁਲੱਥ ਹੈ, ਚਾਹੇ ਚੱਬੇਵਾਲ, ਚਾਹੇ ਸ਼੍ਰੀ ਹਰਗੋਬਿੰਦਪੁਰ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮੈਂ ਗਿਆ ਨਹੀਂ। ਸੋ ਮੈਂ ਡੋਰ ਟੂ ਡੋਰ ਬਹੁਤ ਘੁੰਮਿਆ, ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਅਤੇ ਉਹਦਾ ਨਤੀਜਾ ਹੀ ਹੈ ਇਹ ਕਿ ਜਿੱਦਾਂ ਹੀ ਮੈਂ ਉਹ ਪਾਰਟੀ ਛੱਡੀ ਹੈ, ਪਾਰਟੀ ਮੈਂ ਬੇਵਜ੍ਹਾ ਨਹੀਂ ਛੱਡੀ, ਮੈਂ ਉਹਦੇ ਰੀਜ਼ਨ ਵੀ ਦੱਸੇ ਲੋਕਾਂ ਨੂੰ ਕਿ ਪਾਰਟੀ ਦੇ ਲੋਕ ਕਹਿੰਦੇ ਕੁਛ ਆ, ਕਰਦੇ ਕੁਛ ਆ, ਲੇਕਿਨ ਮੈਂ ਕਾਂਸ਼ੀ ਰਾਮ ਜੀ ਤੋਂ ਪ੍ਰਭਾਵਿਤ ਸੀ, BR ਅੰਬੇਡਕਰ ਜੀ ਤੋਂ ਪ੍ਰਭਾਵਿਤ ਹਾਂ, ਅਤੇ ਮੈਂ ਤਾਂ ਉਹਨਾਂ ਦੀ ਵਿਚਾਰਧਾਰਾ 'ਤੇ ਚੱਲਦਾ ਸੀ, ਮੈਂ ਤਾਂ ਪਾਰਟੀ ਨੂੰ ਉੱਪਰ ਚੱਕਣਾ ਚਾਹੁੰਦਾ ਸੀ, ਪਰ ਉਹ ਲੋਕ ਮੇਰੇ ਨਾਲ ਚੱਲੇ ਹੀ ਨਹੀਂ, ਸ਼ਾਇਦ ਉਹ ਉੱਪਰ ਉੱਥੇ ਵਧਣਾ ਹੀ ਨਹੀਂ ਚਾਹੁੰਦੇ, ਉਹ ਚਾਹੁੰਦੇ ਹੀ ਨਹੀਂ ਕਿ ਉਹਨਾਂ ਦੇ MP MLA ਬਣਨ, ਪਰ ਮੈਂ ਜਿਹੜਾ ਵੀ ਕੰਮ ਕਰਦਾ ਮੈਂ ਜਿੱਤਣ ਲਈ ਕਰਦਾ।
ਮੈਂ ਕਿ ਹਰ ਕੋਈ ਚਾਹੁੰਦਾ ਕਿ ਉਹ ਜੋ ਵੀ ਕੰਮ ਕਰੇ ਉਹ ਜਿੱਤੇ, ਪਰ ਇਹ ਮੈਨੂੰ ਨਹੀਂ ਨਜ਼ਰ ਆ ਰਿਹਾ ਸੀ ਮੈਂ ਕਦੇ ਜਿੱਤ ਸਕਾਂਗਾ, ਕਿਉਂਕਿ ਉਹ ਤਾਂ ਮੇਰੀ ਕੋਈ ਸਪੋਰਟ ਹੀ ਨਹੀਂ ਕਰ ਰਹੇ ਸੀ ਜੀ। ਸੋ ਲੋਕ ਤੁਹਾਡੇ ਨਾਲ ਬੀ ਐੱਸ ਪੀ ਦੀ ਜਿਹੜੀ ਹਾਈ ਕਮਾਂਡ ਆ ਉਸ ਨੇ ਪੂਰਾ ਸਾਥ ਨਹੀਂ ਦਿੱਤਾ, ਔਰ ਬੀ ਐੱਸ ਪੀ ਤੋਂ ਆਪ ਦਾ ਸਫ਼ਰ ਜਿਹੜਾ ਆਪ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਮੂਲੀਅਤ ਹੋਈ, ਸੀ ਐੱਮ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਹੋਈ, ਸੋ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜ੍ਹਾ। ਚਲੋ ਮੈਂ ਇਸ ਤਰ੍ਹਾਂ ਹੈ ਕਿ ਜਦੋਂ ਕੋਈ ਵੀ ਕੈਂਡੀਡੇਟ ਫੀਲਡ ਵਿੱਚ ਘੁੰਮਦਾ ਉਹਨੂੰ ਲੋਕਾਂ ਦਾ ਕਿੰਨਾ ਕੁ ਰਿਸਪੋਂਸ ਮਿਲ ਰਿਹਾ, ਕਿੰਨਾ ਕੁ ਪਿਆਰ ਮਿਲ ਰਿਹਾ, ਉਹ ਸਰਕਾਰ ਦੀ ਨਜ਼ਰ ਉਹਦੇ 'ਤੇ ਹੁੰਦੀ ਹੈ, ਉਹ ਪਾਰਟੀ ਦਾ ਚਾਹੇ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਹੋਵੇ, ਸਰਕਾਰ ਦੇਖਦੀ ਹੈ ਕਿ ਇਹਨੂੰ ਲੋਕ ਕਿਉਂ ਇੰਨਾ ਪਿਆਰ ਕਰ ਰਹੇ ਆ। ਸੋ ਜਦੋਂ ਮੈਂ ਘੁੰਮ ਰਿਹਾ ਸੀ ਅਤੇ ਸਰਕਾਰ ਆਮ ਆਦਮੀ ਪਾਰਟੀ ਦੀ ਆ, ਇੰਟੈਲੀਜੈਂਸ ਇਹਨਾਂ ਦੇ ਕੋਲ ਹੈਗੀ ਆ, ਵਿਜੀਲੈਂਸ ਇਹਨਾਂ ਕੋਲ ਹੈ, ਸੋ ਥਰੂ ਇੰਟੈਲੀਜੈਂਸ ਇਹਨਾਂ ਨੂੰ ਪਤਾ ਲੱਗ ਰਿਹਾ ਸੀ ਕਿ ਇਸ ਕੈਂਡੀਡੇਟ ਨੂੰ ਬਹੁਤ ਪਿਆਰ ਮਿਲ ਰਿਹਾ, ਪਰ ਪਾਰਟੀ ਇਹਦੇ ਨਾਲ ਠੀਕ ਵਿਵਹਾਰ ਨਹੀਂ ਕਰ ਰਹੀ। ਸੋ ਇਹ ਸਾਰਾ ਕੁਝ ਦੇਖਦੇ ਹੋਏ ਸੀ ਐੱਮ ਸਾਹਿਬ ਦੇ ਓ ਐੱਸ ਡੀ ਨੇ ਮੈਨੂੰ ਕੰਟੈਕਟ ਕੀਤਾ ਜੀ, ਅਤੇ ਸੀ ਐੱਮ ਸਾਹਿਬ ਦੇ ਕੀਤੇ ਹੋਏ ਕੰਮਾਂ ਤੋਂ ਮੈਂ ਪਹਿਲੇ ਪ੍ਰਭਾਵਿਤ ਸੀ ਜਦੋਂ ਮੈਂ ਡੋਰ ਟੂ ਡੋਰ ਫੀਲਡ 'ਚ ਜਾ ਰਿਹਾ ਸੀ, ਅਤੇ ਲੋਕ ਮੈਨੂੰ ਠੀਕ ਹੈ ਮੈਨੂੰ ਤਾਂ ਪਿਆਰ ਉਹ ਜ਼ਰੂਰ ਦੇ ਰਹੇ ਸੀ, ਪਰ ਉਹ ਮੈਨੂੰ ਨਾਲ ਨਾਲ ਕਹਿ ਰਹੇ ਸੀ ਕਿ ਜੋ ਕੰਮ ਸੀ ਐੱਮ ਸਾਹਿਬ ਨੇ 2 ਸਾਲ 'ਚ ਕਰ ਦਿੱਤੇ ਆ ਇੰਨੇ ਕੰਮ ਤਾਂ ਕੋਈ 20 ਸਾਲ 'ਚ ਜਾਂ 30 ਸਾਲ 'ਚ ਨਹੀਂ ਕਰ ਸਕਦਾ। ਭਗਵੰਤ ਮਾਨ ਦੀ ਸ਼ਖਸੀਅਤ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਵਿਧਾਨ ਸਭਾ ਵਿੱਚ ਬੜਾ ਅਗਰੈਸਿਵ ਰੂਪ, ਇਸ ਪ੍ਰਚਾਰ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਬੜਾ ਅਗਰੈਸਿਵ ਰੂਪ ਭਗਵੰਤ ਮਾਨ ਹੋਣਾ ਦੇਖਣ ਨੂੰ ਮਿਲਦਾ, ਦੂਸਰੇ ਪਾਸੇ ਪੰਜਾਬ ਦੀ ਡਿਵੈਲਪਮੈਂਟ ਦੇ ਕੁਛ ਮੁੱਦੇ ਜਿਹੜੇ ਆ ਉਹਨਾਂ ਨਾਲ ਜੁੜੇ ਹੋਏ, ਓਵਰਆਲ ਪਰਸਨੈਲਿਟੀ ਨੂੰ ਤੁਸੀਂ ਕਿੱਦਾਂ ਅਸੈਸ ਕੀਤਾ? ਦੇਖੋ ਭਗਵੰਤ ਮਾਨ ਜੀ ਸਾਡੇ ਸੀ ਐੱਮ ਸਾਹਿਬ, ਓਵਰਆਲ ਮੈਂ ਤੁਹਾਨੂੰ ਉਹਨਾਂ ਦੀ ਪਰਸਨੈਲਿਟੀ ਬਿਆਨ ਨਹੀਂ ਕਰ ਸਕਦਾ ਇੰਨੀ ਜਲਦੀ, ਉਹਨਾਂ ਨੇ ਇੰਨੇ ਕੰਮ ਕੀਤੇ ਆ, ਔਰ ਉਹਨਾਂ ਦੀ ਸ਼ਖਸੀਅਤ ਐਸੀ ਹੈ ਕਿ ਜੇ ਆਪਾਂ ਉਹਦੇ 'ਤੇ ਗੱਲ ਕਰਨ ਬੈਠ ਜਾਈਏ ਨਾ ਮੈਨੂੰ ਲੱਗਦਾ ਕਿ ਆਪਾਂ ਨੂੰ 2-3 ਦਿਨ ਗੱਲ ਕਰਨੀ ਪਏਗੀ, ਉਹ ਕੁਛ ਮਿੰਟਾਂ ਘੰਟਿਆਂ 'ਚ ਨਹੀਂ ਉਹਨਾਂ ਨੂੰ ਮੈਂ ਉਹਨਾਂ ਦੀ ਸ਼ਖਸੀਅਤ ਬਿਆਨ ਕਰ ਸਕਦਾ। ਸੀ ਐੱਮ ਸਾਹਿਬ ਨੇ ਜੋ ਕੁਛ ਕਰ ਦਿੱਤਾ ਮਤਲਬ ਉਹਦਾ ਤਾਂ ਕੋਈ ਜਵਾਬ ਹੀ ਨਹੀਂ ਨਾ ਹੈ ਜੀ। ਆਪ ਦਾ ਗ੍ਰਾਫ ਜਿਹੜਾ ਇਹਨਾਂ ਇਲੈਕਸ਼ਨਸ ਵਿੱਚ ਡਿਕਲਾਈਨ ਹੋਇਆ ਨਜ਼ਰ ਆਉਂਦਾ ਪਿਆ, 32 ਸੀਟਾਂ ਦੇ ਉੱਤੇ ਅਗਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਸਿਮਟ ਕੇ ਰਹਿ ਗਈ, ਹਾਲਾਂਕਿ ਹੁਸ਼ਿਆਰਪੁਰ ਸੀਟ ਜਿਹੜੀ ਇੱਕ ਮਹੱਤਵਪੂਰਨ ਵਿਕਟਰੀ ਦੇ ਤੌਰ 'ਤੇ ਅਸੀਂ ਦੇਖ ਸਕਦੇ ਹਾਂ, ਕਿੱਦਾਂ ਮਹਿਸੂਸ ਕਰਦੇ ਆਉਣ ਵਾਲਾ ਸਮਾਂ ਕਿੱਦਾਂ ਰਹਿਣ ਵਾਲਾ? ਦੇਖੋ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਦੂਸਰੀਆਂ ਪਾਰਟੀਆਂ ਨੂੰ ਜੇ ਦੇਖੀਏ, ਚਾਹੇ ਉਹ BJP ਹੈ ਚਾਹੇ ਅਕਾਲੀ ਦਲ ਹੈ, ਜਿਨ੍ਹਾਂ ਦੇ ਕਦੀ ਮੰਤਰੀ ਹੁੰਦੇ ਸੀ, ਜਿਨ੍ਹਾਂ ਦੇ ਇੰਨੇ ਇੰਨੇ MP ਹੁੰਦੇ ਸੀ, ਉਹਨਾਂ ਦਾ ਤਾਂ ਕੋਈ ਸਫਾਇਆ ਹੀ ਹੋ ਗਿਆ ਬਿਲਕੁਲ। ਦੱਸੋ BJP ਦਾ 1 ਵੀ MP ਆਇਆ, ਅਕਾਲੀ ਦਲ ਦਾ 1 MP ਆਇਆ ਬਸ ਬਠਿੰਡੇ ਤੋਂ ਜੀ, ਔਰ ਜਦਕਿ ਸਾਡੀ ਪਾਰਟੀ ਦੇ 3 MP ਆਏ ਆ। ਕਿਹੜੀਆਂ ਕਿਹੜੀਆਂ ਨੀਤੀਆਂ ਤੁਹਾਨੂੰ ਲੱਗਦਾ ਕਿ ਆਪ ਦੀਆਂ ਜਿਹੜੀਆਂ ਜਨਤਾ ਦੇ ਗ੍ਰਾਸਰੂਟ ਲੈਵਲ ਤੱਕ ਪਹੁੰਚ ਰਹੀਆਂ ਜਾਂ ਹਜੇ ਤੱਕ ਪ੍ਰਸਾਰ ਹੋਣਾ ਬਾਕੀ ਹੈ? ਇਸ ਤਰ੍ਹਾਂ ਹੈ ਕਿ ਦਲਿਤ ਬੱਚਿਆਂ ਲਈ ਕੀਤੇ ਗਏ ਕੰਮ, ਚਾਹੇ ਉਹ ਬੱਚਿਆਂ ਦੇ ਵਜ਼ੀਫੇ ਆ, ਚਾਹੇ ਸਕਾਲਰਸ਼ਿਪ ਹੈ, ਅਤੇ ਚਾਹੇ ਬਿਜਲੀ ਦੀ ਗੱਲ ਕਰ ਲਓ, ਹਰ ਘਰ ਇਲੈਕਟ੍ਰੀਸਿਟੀ ਫ੍ਰੀ ਹੈ, ਪਿੰਡਾਂ 'ਚ ਕਿਸੇ ਦਾ ਬਿੱਲ ਨਹੀਂ ਆਉਂਦਾ। ਸੋ ਬਹੁਤ ਕੁਛ ਹੈ, CM ਸਾਹਿਬ ਨੇ ਬਥੇਰਾ ਕੁਛ ਕੀਤਾ, ਬੇਰੁਜ਼ਗਾਰਾਂ ਨੂੰ ਇੰਨੀਆਂ ਨੌਕਰੀਆਂ ਦਿੱਤੀਆਂ। ਤੁਸੀਂ ਦੱਸੋ ਕਿ ਅੱਜ ਤਾਈਂ ਕਦੀ ਸੁਣਿਆ ਤੁਸੀਂ ਕਿ ਕਿਸੇ ਗਰੀਬ ਘਰ ਦੇ ਵਿੱਚੋਂ ਕੋਈ ਇੰਸਪੈਕਟਰ ਨੌਕਰੀਆਂ ਮਿਲੀਆਂ, ਫ੍ਰੀ ਬਿਜਲੀ ਵੀ ਮਿਲੀ ਹੈ, ਤਾਂ ਲੋਕਾਂ ਦਾ ਸਮਰਥਨ ਉਸ ਲੈਵਲ 'ਤੇ ਕਿਉਂ ਨਹੀਂ ਮਿਲਿਆ ਉਹ ਪੰਜਾਬ ਦੀ ਅਗਰ ਗੱਲ ਕਰੀਏ? ਮੈਨੂੰ ਨਹੀਂ ਸਮਝ ਆ ਰਿਹਾ ਤੁਸੀਂ ਇਹ ਗੱਲ ਕਿਵੇਂ ਕਹਿ ਰਹੇ ਹੋ, ਸਮਰਥਨ ਕਿਉਂ ਨਹੀਂ ਮਿਲਿਆ? ਸਮਰਥਨ ਮਿਲਿਆ, ਸਾਡੇ MP ਉਵੇਂ ਥੋੜ੍ਹੀ ਮਿਲ ਜਿੱਤ ਗਏ, ਪਹਿਲੇ 1 ਸੀ ਸਾਡਾ MP, ਹੁਣ ਸਾਡੇ 3 MP ਹੈ। ਔਰ ਅਗਰ ਤੁਸੀਂ ਓਵਰਆਲ ਵੋਟ ਪਰਸੈਂਟੇਜ ਦੇਖੋ ਤਾਂ BJP ਦਾ ਸਫਾਇਆ ਹੋਇਆ, ਅਕਾਲੀ ਦਲ ਦਾ ਸਫਾਇਆ ਹੋਇਆ, ਕਾਂਗਰਸ ਦੀ ਵੋਟ ਘਟੀ ਹੈ। ਉਹ ਠੀਕ ਹੈ ਕਿ ਉਹ ਥੋੜ੍ਹੇ ਥੋੜ੍ਹੇ ਮਾਰਜਨ ਤੋਂ ਜ਼ਰੂਰ ਜਿੱਤ ਗਏ ਆ, ਪਰ ਆਮ ਆਦਮੀ ਪਾਰਟੀ ਦੀ ਪਾਪੂਲੈਰਿਟੀ ਜਿਵੇਂ ਪਹਿਲੇ ਵਧੀ ਹੋਈ ਸੀ ਉਵੇਂ ਹੀ ਬਰਕਰਾਰ ਹੈ,
ਔਰ ਠੀਕ ਹੈ ਕਿਉਂਕਿ ਹਾਲੇ ਸਰਕਾਰ ਹੁਣੇ ਬਣੀ ਹੈ, ਲੋਕਾਂ ਨੂੰ ਉਮੀਦਾਂ ਜ਼ਿਆਦਾ ਹੈ ਸੀ ਐੱਮ ਸਾਹਿਬ ਤੋਂ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸੀ ਐੱਮ ਸਾਹਿਬ ਨੇ ਪਤਾ ਨਹੀਂ ਕੋਈ ਜਾਦੂ ਦੀ ਛੜੀ ਚਲਾ ਦੇਣੀ ਹੈ ਅਤੇ ਸਾਰਾ ਕੁਛ ਮਤਲਬ ਰਾਤੋ ਰਾਤ ਕਰ ਦੇਣਾ। ਹੁਣ ਉਹਨਾਂ ਨੂੰ ਥੋੜ੍ਹਾ ਸਮਾਂ ਤਾਂ ਚਾਹੀਦਾ ਚਾਹੀਦਾ, ਪੇਸ਼ੈਂਸ। ਚੱਬੇਵਾਲ ਦਾ ਇਲੈਕਸ਼ਨ ਹੁਣ ਬਾਈ ਇਲੈਕਸ਼ਨ ਦੇ ਵਿੱਚ ਹੋਏਗਾ ਕਿਉਂਕਿ ਉਹ ਸੀਟ ਜਿਹੜੀ ਖਾਲੀ ਹੋ ਗਈ। ਤੁਹਾਡੀ ਬਿਲੋਂਗਿੰਗ ਵੀ ਚੱਬੇਵਾਲ ਦੇ ਨਾਲ ਹੈਗੀ ਹੈ, ਆਪਣੇ ਆਪ ਨੂੰ ਉਮੀਦਵਾਰ ਦੇ ਤੌਰ 'ਤੇ ਦੇਖਦੇ ਹੋ ਚੱਬੇਵਾਲ ਤੋਂ? ਜੀ ਨਹੀਂ, ਦੇਖੋ ਮੈਂ ਤਾਂ ਪਾਰਟੀ ਦਾ ਵਰਕਰ ਹਾਂ, ਪਾਰਟੀ ਦੇ ਸਿਪਾਹੀ ਹੈਗੇ ਹਾਂ, ਸੋ ਨਾ ਕੇਵਲ ਚੱਬੇਵਾਲ ਤੋਂ। ਜੇ ਤੁਸੀਂ ਮੈਨੂੰ ਪੁੱਛੋ, ਮੈਨੂੰ ਤਾਂ ਚਾਹੇ ਪਾਰਟੀ ਅੰਮ੍ਰਿਤਸਰ ਤੋਂ ਕਹਿੰਦਾ, ਮੈਨੂੰ ਤਾਂ ਚਾਹੇ ਪਾਰਟੀ ਦਿੱਲੀ ਤੋਂ ਕਹਿੰਦਾ, ਅਤੇ ਚਾਹੇ ਪਾਰਟੀ ਕਿਸੇ ਪਾਰਟੀ ਦੇ ਫੰਕਸ਼ਨ ਦੇ ਵਿੱਚ ਸਾਨੂੰ ਕੁਰਸੀਆਂ ਲਾਉਣ ਨੂੰ ਕਹਿੰਦਾ, ਜੋ ਵੀ ਪਾਰਟੀ ਸਾਨੂੰ ਕੰਮ ਕਹੇਗੀ, ਆਦੇਸ਼ ਦੇਗੀ, ਤਾਂ ਸਭ ਕੁਛ ਕਰਨ ਨੂੰ ਤਿਆਰ ਹਾਂ। ਹਾਂ ਠੀਕ ਹੈ ਕਿ ਚੱਬੇਵਾਲ ਤੋਂ, ਲਹਿਲੀ ਕਲਾਂ ਤੋਂ ਮੇਰੇ ਨਾਨਾ ਜੀ ਦੇ ਬ੍ਰਦਰ ਉੱਥੇ ਰਹਿ ਰਹੇ ਸੀ, ਔਰ 1956 ਦੇ ਵਿੱਚ 1956 'ਚ ਉਹ MLA ਵੀ ਬਣੇ ਸੀ ਹੁਸ਼ਿਆਰਪੁਰੋਂ। ਠੀਕ ਹੈ ਕਿ ਸਾਡੀਆਂ ਰੂਟਸ ਉੱਥੇ ਵੀ ਹੈਗੀਆਂ, ਪਰ ਬਿਨਾਂ ਪਾਰਟੀ ਦੇ ਹੁਕਮ ਤੋਂ ਅਸੀਂ ਕੁਛ ਨਹੀਂ ਕਰ ਸਕਦੇ। BSP ਦਾ ਬਹੁਤ ਵੱਡਾ ਵੋਟ ਬੈਂਕ ਤੁਸੀਂ ਸ਼ਿਫਟ ਕਰਵਾਇਆ ਆਪ ਦੇ ਵਿੱਚ, ਔਰ ਦੂਸਰੇ ਪਾਸੇ ਚੱਬੇਵਾਲ, ਚੂੰਕਿ ਹੁਣ ਇਲੈਕਸ਼ਨ ਹੋਣਾ, ਬਾਈ ਇਲੈਕਸ਼ਨ ਤਾਂ ਹੋਣਾ ਹੀ ਹੈ, ਤੁਹਾਡੀ ਤਿਆਰੀ ਕਿੰਨੀ ਕੁ ਤੁਸੀਂ ਸੋਚ ਰਹੇ ਹੋ? ਜੇ ਪਾਰਟੀ ਤੁਹਾਨੂੰ ਹੁਕਮ ਕਰਦੀ ਹੈ ਕਿ ਤੁਸੀਂ ਚੱਬੇਵਾਲ ਤੋਂ ਕੰਟੈਸਟ ਕਰੋ, ਤਾਂ ਤੁਸੀਂ ਕਿੰਨੇ ਕੁ ਆਪਣੇ ਆਪ ਨੂੰ ਤਿਆਰ ਸਮਝਦੇ ਹੋ? ਦੇਖੋ ਮੈਂ ਖੁਦ ਹੈਰਾਨ ਹੈਗਾ, ਮੈਨੂੰ ਖੁਦ ਨਹੀਂ ਸਮਝ ਆ ਰਹੀ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ। ਜਦੋਂ ਮੈਂ ਕੰਪੇਨਿੰਗ ਨਹੀਂ ਘੁੰਮ ਰਿਹਾ ਸੀ ਨਾ, ਤਾਂ ਕੁਛ ਬਜ਼ੁਰਗ, ਕੁਛ ਅਰਾਊਂਡ 60-62 ਸਾਲ ਦੇ ਲੋਕ, ਉਹ ਮੈਨੂੰ ਕਹਿੰਦੇ ਸੀ ਕਿ ਤੇਰੇ 'ਚ ਸਾਨੂੰ ਕਾਂਸ਼ੀ ਰਾਮ ਜੀ ਨਜ਼ਰ ਆਉਂਦੇ ਆ, ਜਿੱਦਾਂ ਉਹ ਐਗਰੈਸਿਵਲੀ ਘੁੰਮਦੇ ਸੀ, ਜਿਵੇਂ ਉਹ ਵੋਟਰਸ ਦੇ ਕੋਲ ਐਗਰੈਸਿਵਲੀ ਜਾਂਦੇ ਸੀ, ਸਮਝਾਉਂਦੇ ਸੀ, ਸਾਨੂੰ ਤੇਰੇ 'ਚ ਵੀ ਉਹ ਕੁਛ ਨਜ਼ਰ ਆ ਰਿਹਾ। ਅਤੇ ਬਟ ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਇੰਨਾ ਪਿਆਰ ਮੈਨੂੰ ਕਿਵੇਂ ਮਿਲ ਰਿਹਾ। ਅਤੇ ਜਦੋਂ ਮੈਂ BSP ਛੱਡੀ ਸੀ, ਅਤੇ ਮੈਨੂੰ ਪਾਰਟੀ ਦੇ ਲੀਡਰ ਕਹਿੰਦੇ ਕਿ ਤੇਰੇ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ, ਅਤੇ ਮੈਨੂੰ ਵੀ ਲੱਗਿਆ ਕਿ ਸ਼ਾਇਦ ਇਹਨਾਂ ਨੂੰ ਮੇਰੇ ਜਾਣ ਨਾਲ ਕੋਈ ਫਰਕ ਨਹੀਂ ਪੈਣਾ। ਪਰ ਜਦੋਂ ਮੈਂ ਉਹਨਾਂ ਨੂੰ ਚੈਲੰਜ ਕਰਤਾ ਕਿ 4 ਜੂਨ ਨੂੰ ਜਦੋਂ ਰਿਜ਼ਲਟ ਆਏਗਾ ਤਾਂ ਤੁਹਾਨੂੰ ਪਤਾ ਲੱਗੂਗਾ ਮੇਰੇ ਜਾਣ ਨਾਲ ਤੁਹਾਨੂੰ ਕੀ ਫਰਕ ਪਿਆ। ਅਤੇ ਜਦੋਂ 1.5 ਲੱਖ ਤੋਂ 40,000 'ਤੇ ਆ ਗਏ, ਚਾਹੇ ਉਹ ਹੁਸ਼ਿਆਰਪੁਰ ਹੈ ਚਾਹੇ ਜਲੰਧਰ ਹੈ, ਮੈਂ ਦੋਵੇਂ ਜਗ੍ਹਾ ਪੂਰਾ ਪ੍ਰਚਾਰ ਕੀਤਾ। ਅਤੇ ਜਲੰਧਰ ਵੀ ਦੇਖ ਲਓ, ਬਲਵਿੰਦਰ ਕੁਮਾਰ ਜੀ 2.5 ਲੱਖ ਵੋਟ ਪਿਛਲੀ ਵਾਰ ਲੈ ਗਏ ਸੀ, ਐਤਕੀ 40,000 'ਤੇ ਰਹਿ ਗਏ। ਸੋ ਜੇਕਰ ਮੈਂ ਮਹੀਨੇ ਦੇ ਵਿੱਚ ਇੰਨਾ ਫਰਕ ਪਾ ਸਕਦਾ, ਤਾਂ ਚੱਬੇਵਾਲ ਤਾਂ ਛੋਟੀ ਜਿਹੀ ਕੌਂਸਟੀਚੁਐਂਸੀ ਹੈ ਜੀ, ਉੱਥੇ ਕਿਉਂ ਨਹੀਂ ਮੈਂ ਮਤਲਬ ਆਪਾਂ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਦਾਅਵੇਦਾਰ ਦੇ ਤੌਰ 'ਤੇ ਦੇਖਦੇ ਹੋ? ਸਰ ਅਗਰ ਗੱਲ ਕਰੀਏ BJP ਦੀ, ਹਾਂਜੀ, ਭਾਰਤ ਦੇ ਵਿੱਚ ਵੀ ਬਹੁਤ ਉਥਲ ਪੁਥਲ ਹੋਈ ਆ। 400 ਪਾਰ ਦਾ ਨਾਰਾ ਸੀਗਾ, 292 NDA ਸਿਮਟ ਕੇ ਰਹਿ ਗਿਆ, ਭਾਜਪਾ ਆਪਣੇ ਆਪ 'ਚ 240-41 ਸੀਟਾਂ ਦੇ ਉੱਤੇ ਰਹਿ ਗਈ। ਇਸ ਹਾਰ ਨੂੰ ਜਾਂ ਇਸ ਡਿਕਲਾਈਨ ਨੂੰ ਤੁਸੀਂ ਕਿੱਦਾਂ ਦੇਖਦੇ? ਇਸ ਹਾਰ ਨੂੰ ਦੇਖੋ, ਇਹ ਜਦੋਂ ਆਪਾਂ ਓਵਰ ਕੌਨਫੀਡੈਂਸ ਹੋ ਜਾਂਦਾ ਨਾ ਕਿਸੇ ਗੱਲ ਲਈ, 400 ਪਾਰ, 500 ਪਾਰ, 300 ਪਾਰ, ਫਿਰ ਤੁਸੀਂ ਪਬਲਿਕ 'ਤੇ ਛੱਡ ਦਿਓ ਕਿ ਪਬਲਿਕ ਤੁਹਾਨੂੰ ਕਿੰਨਾ ਪਿਆਰ ਕਰਦੀ ਹੈ। ਪਬਲਿਕ ਤੁਹਾਨੂੰ ਤਾਂ ਹੀ ਪਿਆਰ ਕਰੇਗੀ ਅਗਰ ਤੁਸੀਂ ਪਬਲਿਕ ਦੇ ਕੰਮ ਕੀਤੇ ਆ, ਅਤੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਲੋਕ ਤੁਹਾਨੂੰ ਕਹਿਣਗੇ ਕਿ ਤੁਹਾਨੂੰ 400 ਪਾਰ ਕਰਾਂਗੇ। ਸਾਨੂੰ ਖੁਦ ਨਹੀਂ ਕਹਿਣਾ ਪੈਂਦਾ, ਖੁਦ ਤਾਂ ਉਹਨਾਂ ਨੇ ਕੁਛ ਕੀਤਾ ਨਹੀਂ। ਸੈਂਟਰ 'ਚ ਦੇਖ ਲਓ ਕੀ ਹੈ, ਪੰਜਾਬ ਦਾ ਵੀ ਇੰਨਾ ਪੈਸਾ ਰੋਕਿਆ ਹੋਇਆ, ਪੰਜਾਬ ਦਾ ਬਿਲਕੁਲ ਬਹੁਤ ਵੱਡਾ ਮੁੱਦਾ ਜਿਹੜਾ ਕਿ ਪੰਜਾਬ ਦਾ RDF ਦਾ ਪੈਸਾ ਜਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ, ਕਿਉਂਕਿ ਇੱਕ ਕਿਸੇ ਨਾਲ ਵਿਰੋਧੀ ਧਿਰਾਂ ਜਿਹੜੀਆਂ ਦੋਨੇ ਬੈਠੀਆਂ ਹੋਈਆਂ, ਸੋ ਹੁਣ ਵੀ ਸੇਮ ਪੋਜੀਸ਼ਨ ਹੈਗੀ ਹੈ। ਪੰਜਾਬ ਨੂੰ ਤੁਸੀਂ ਸੈਂਟਰ ਦੇ ਨਾਲ ਵਿਰੋਧੀ ਧਿਰ ਦੇ ਤੌਰ 'ਤੇ ਦੇਖਦੇ ਹਾਂ ਜਦੋਂ, ਤਾਂ ਫਿਰ ਪੰਜਾਬ ਦਾ ਵਿਕਾਸ ਕਿੱਦਾਂ ਹੋਏਗਾ? ਦੇਖੋ ਪੰਜਾਬ ਦੇ ਨਾਲ ਤਾਂ ਨਾ ਸੈਂਟਰ ਸਰਕਾਰ ਇੱਦਾਂ ਵਿਤਕਰਾ ਕਰ ਰਹੀ ਹੈ ਜਿਵੇਂ ਨਾ ਬੰਦਾ ਇੱਕ ਚੰਗਾ ਭਲਾ ਹੁੰਦਾ ਸੁਜਾਖਾ, ਪਰ ਉਹ ਅੰਨਿਆਂ ਵਾਂਗੂ ਸਾਡੇ ਨਾਲ ਬਿਹੇਵ ਕਰ ਰਿਹਾ। ਚੰਗਾ ਭਲਾ ਸਰਕਾਰ ਸੈਂਟਰ ਦੀ ਸਰਕਾਰ ਨੂੰ ਸੁਣਦਾ,
ਪਰ ਸੁਣਦੇ ਹੋਏ ਵੀ ਬੋਲਿਆਂ ਵਾਂਗੂ ਸਾਡੇ ਨਾਲ ਉਹ ਵਤੀਰਾ ਕਰ ਰਹੀ ਹੈ, ਯਾਨੀ ਅੰਨਿਆਂ ਦੇ ਬੋਲਿਆਂ ਵਾਂਗੂ ਪੰਜਾਬ ਦੇ ਨਾਲ ਉਹ ਵਿਵਹਾਰ ਕਰ ਰਹੀ ਹੈ, ਚਾਹੇ ਸਾਡੀਆਂ ਬੇਰੋਜ਼ਗਾਰ ਭੈਣਾਂ ਆ, ਸਾਡੇ ਨੌਜਵਾਨ ਭਰਾ ਹੈ, ਚਾਹੇ ਸਾਡੇ ਦੇਸ਼ ਦੀ ਕਿਸਾਨੀ ਹੈ, ਚਾਹੇ ਮਜ਼ਦੂਰ ਹੈ, ਚਾਹੇ ਸਾਡੇ ਦਲਿਤ ਨੌਜਵਾਨ ਸਾਥੀ ਹੈ, ਕਿਸੇ ਦਾ ਫੰਡ ਨਹੀਂ ਆਉਣ ਦੇ ਰਹੇ ਪੰਜਾਬ ਦੇ ਵਿੱਚ, ਅਤੇ ਪੰਜਾਬ ਦਾ ਸਾਰਾ ਪੈਸਾ ਰੋਕ ਕੇ ਬੈਠੇ ਹੋਏ। ਬੀਜੇਪੀ ਦਾ ਇਸ ਇਲੈਕਸ਼ਨ ਦੇ ਵਿੱਚ ਨਿਰਾਸ਼ਾਜਨਕ ਪਰਫਾਰਮੈਂਸ ਲਈ ਇੱਕ ਇਹ ਵੀ ਮੰਨਿਆ ਜਾ ਰਿਹਾ ਕਿ ਕਿਸਾਨੀ ਅੰਦੋਲਨ ਔਰ ਖਾਸ ਕਰਕੇ ਪਿੰਡਾਂ ਵਿੱਚ ਬੀਜੇਪੀ ਨੂੰ ਪ੍ਰਚਾਰ ਨਹੀਂ ਕੀਤਾ ਕਰਨ ਦਿੱਤਾ ਗਿਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਸ ਚੀਜ਼? ਤੁਹਾਨੂੰ ਮੈਂ ਦੱਸਦਾ ਕਿ ਇੱਕ ਪਰਿਵਾਰ ਦੇ ਵਿੱਚ ਜਦੋਂ ਇੱਕ ਬੱਚਾ ਗਵਰਨਮੈਂਟ ਨੌਕਰੀ ਕਰ ਰਿਹਾ ਹੋਵੇ ਔਰ ਸਾਰਾ ਪਰਿਵਾਰ ਉਹਦੇ 'ਤੇ ਡਿਪੈਂਡ ਹੋਵੇ, ਕਮਾਈ ਦਾ ਸਾਧਨ ਉਹ ਹੀ ਹੋਵੇ, ਔਰ ਉਹਦੇ ਬਾਵਜੂਦ ਵੀ ਉਹ ਬੱਚਾ ਜਦੋਂ ਆਪਣੀ ਨੌਕਰੀ ਦੀ ਪਰਵਾਹ ਨਾ ਕਰੇ ਔਰ ਇੱਕ ਚੁਣੇ ਹੋਏ MP ਨੂੰ ਥੱਪੜ ਮਾਰਦਾ ਹੈ ਆਪਣੀ ਨੌਕਰੀ ਦੀ ਪਰਵਾਹ ਕੀਤੇ ਬਿਨਾਂ, ਤਾਂ ਤੁਸੀਂ ਸੋਚੋ ਕਿ ਉਹਨਾਂ ਦੇ ਵਿੱਚ ਸੋਚੋ ਕਿ ਕਿੰਨਾ ਉਹਨਾਂ ਦੇ ਅੰਦਰ ਗੁੱਸਾ ਹੈ, ਕਿਸਾਨੀ ਕਿੰਨਾ ਉਹਨਾਂ ਦੇ ਅੰਦਰ ਗੁੱਸਾ ਹੈ। ਸੋ ਜੋ ਉਹਨਾਂ ਨੇ ਕਿਸਾਨਾਂ ਨਾਲ ਕੀਤਾ ਉਹੀ ਉਹਨਾਂ ਨੂੰ ਭਾਰਾ ਪੈ ਗਿਆ, ਸਾਰੇ ਦੇਸ਼ ਦੇਖ ਲਓ ਕਿੱਥੇ ਲਿਆ ਕੇ ਰੱਖਤਾ ਉਹਨਾਂ ਨੂੰ। ਪੰਜਾਬ 'ਚੋਂ ਭਾਰਤੀ ਜਨਤਾ ਪਾਰਟੀ ਦਾ ਕੋਈ MP ਨਹੀਂ ਜਿੱਤਿਆ, ਹੁਣ ਪੰਜਾਬ ਦੇ ਵਿੱਚੋਂ ਮਿਨਿਸਟਰੀ ਦੇ ਵਿੱਚ ਵੀ ਪੰਜਾਬ ਦੀ ਰਿਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਹੋਣ ਦੇ ਚਾਂਸਿਸ ਹੈ, ਇਹਦੇ ਨਾਲ ਪੰਜਾਬ ਨੂੰ ਕਿੱਡਾ ਕੁ ਵੱਡਾ ਨੁਕਸਾਨ ਦੇਖਦੇ? ਪੰਜਾਬ ਦੇ ਨਾਲ ਤਾਂ ਉਹ ਪਹਿਲੇ ਹੀ ਤੁਹਾਨੂੰ ਮੈਂ ਦੱਸਿਆ ਤਾਂ ਹੈ ਕਿ ਅੰਨਿਆਂ ਦੇ ਬੋਲਿਆਂ ਵਾਂਗੂ ਵਿਤਕਰਾ ਕਰ ਰਹੇ, ਉਹਨਾਂ ਨੂੰ ਤਾਂ ਸਾਡੀ ਆਵਾਜ਼ ਸੁਣਦੀ ਨਹੀਂ, ਪਰ ਸਾਡੇ ਜਿਹੜੇ 3 MP ਜਿੱਤੇ ਆ ਹੁਣ ਉਹ ਇਹਨਾਂ ਦੇ ਬੋਲੇ ਕੰਨਾਂ ਨੂੰ ਖੋਲ੍ਹ ਦੇਣਗੇ ਜਦੋਂ ਉੱਥੇ ਗੂੰਜਣਗੇ ਉਹ ਪਾਰਲੀਮੈਂਟ ਦੇ ਵਿੱਚ। ਖਾਸ ਕਰ ਸਾਡੇ ਰਾਜਕੁਮਾਰ ਚੱਬੇਵਾਲ ਜੀ ਇੱਕ ਬਹੁਤ ਹੀ ਅੱਛਾ ਬੋਲਣ ਵਾਲੇ ਲੀਡਰ ਹੈ, ਉਹਨਾਂ ਦੀ ਸਪੀਚ ਬਹੁਤ ਦਮ ਹੈ ਔਰ ਉਹ ਜੋ ਗੱਲ ਵੀ ਕਰਦੇ ਆ ਪੂਰੀ ਵਜਨਦਾਰ ਗੱਲ ਕਰਦੇ ਆ, ਜਦੋਂ ਪਾਰਲੀਮੈਂਟ 'ਚ ਗੂੰਜਣਗੇ ਤਾਂ ਆਪਣੇ ਆਪ ਸਾਡੀ ਆਵਾਜ਼ ਉੱਥੇ ਤੱਕ ਪਹੁੰਚੇਗੀ, ਉਹ ਚਾਹੇ ਸਾਡੀ ਆਵਾਜ਼ ਸੁਣਨ ਚਾਹੇ ਨਾ ਸੁਣਨ, ਪਰ ਸਾਨੂੰ ਆਪਣੀ ਆਵਾਜ਼ ਪਹੁੰਚਾਉਣੀ ਆਉਂਦੀ ਆ ਜੀ। ਰਾਜਕੁਮਾਰ ਚੱਬੇਵਾਲ ਹੁਣਾਂ ਦੀ ਤੁਸੀਂ ਜਦੋਂ ਗੱਲ ਕਰਦੇ ਹਾਂ ਤਾਂ ਹੁਣ ਚੱਬੇਵਾਲ ਦਾ ਇਲੈਕਸ਼ਨ ਜਿਹੜਾ ਉਹਦੇ ਵਿੱਚ ਇਹ ਵੀ ਸਰਗਰਮੀਆਂ ਤੇਜ਼ ਹੋ ਗਈਆਂ ਕਿ ਪਰਿਵਾਰ ਵਿੱਚੋਂ ਕਿਸੇ ਨੂੰ ਟਿਕਟ ਦਿੱਤੀ ਜਾਏ, ਅਗਰ ਇੱਦਾਂ ਦੇ ਸੁਰ ਤੇਜ਼ ਹੁੰਦੇ ਆ ਤਾਂ ਫਿਰ ਤੁਹਾਡਾ ਕੀ ਰੁਕ ਰਹੇਗਾ? ਦੇਖੋ ਮੈਂ ਤਾਂ ਪਾਰਟੀ ਦਾ ਸਿਪਾਹੀ ਹੈਗਾ, ਪਾਰਟੀ ਕਿਸੇ ਨੂੰ ਵੀ ਉੱਥੋਂ ਟਿਕਟ ਦੇਵੇ, ਜਿਵੇਂ ਅਸੀਂ ਪੂਰਾ ਆਪਣਾ ਤਨ ਮਨ ਧਨ ਲਾ ਕੇ ਰਾਜਕੁਮਾਰ ਚੱਬੇਵਾਲ ਜੀ ਨੂੰ ਹੁਸ਼ਿਆਰਪੁਰ ਤੋਂ ਜਿਤਾਇਆ, ਅਗਰ ਪਾਰਟੀ ਉਹਨਾਂ ਦੇ ਬ੍ਰਦਰ ਨੂੰ ਉਹਨਾਂ ਦੀ ਭਾਬੀ ਨੂੰ ਜਾਂ ਉਹਨਾਂ ਦੇ ਬੇਟੇ ਨੂੰ ਕਿਸੇ ਨੂੰ ਵੀ ਟਿਕਟ ਦੇ ਦਿੰਦੀ ਹੈ ਤਾਂ ਆਪਾਂ ਫਿਰ ਆਪਣਾ ਤਨ ਮਨ ਧਨ ਲਾ ਕੇ ਉਹਨੂੰ ਵੀ ਜਿਤਾਵਾਂਗੇ। ਇਹ ਤਾਂ ਹੁਣ ਪਾਰਟੀ ਦਾ ਡਿਸੀਜ਼ਨ ਹੈ, ਪਾਰਟੀ ਜਿਹਨੂੰ ਮਰਜ਼ੀ ਲੜਾ ਸਕਦੀ ਹੈ, ਪਾਰਟੀ ਮੈਨੂੰ ਲੜਨ ਨੂੰ ਕਹੇਗੀ ਤਾਂ ਮੈਂ ਵੀ ਲੜਾਂਗਾ। ਸੋ ਤੁਸੀਂ ਇਹ ਗੱਲ ਕੀਤੀ ਕਿ ਪਾਰਟੀ ਦੇ ਵਫ਼ਾਦਾਰ ਸਿਪਾਹੀ ਦੇ ਤੌਰ ਦੇ ਉੱਤੇ ਮੈਂ ਮਹੱਤਵਪੂਰਨ ਭੂਮਿਕਾ ਨਿਭਾਵਾਂਗਾ। ਚੱਬੇਵਾਲ ਹਲਕਾ ਇੱਕ ਬਹੁਤ ਅਹਿਮ ਹਲਕਾ ਹੋ ਗਿਆ ਹੁਣ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਦਾਅਵੇਦਾਰ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਆ ਸਕਦੇ, ਤੁਹਾਨੂੰ ਵੀ ਦਾਅਵੇਦਾਰ ਦੇ ਤੌਰ 'ਤੇ ਦੇਖਿਆ ਜਾਂਦਾ, ਤੁਹਾਡਾ ਅਗਰ ਮੌਕਾ ਮਿਲਦਾ, ਕਿਉਂਕਿ ਤੁਹਾਡੀ ਬਿਲੋਂਗਿੰਗ ਵੀ ਚੱਬੇਵਾਲ ਦੇ ਨਾਲ, ਤੁਹਾਡੇ ਨਾਨਾ ਜੀ ਉੱਥੋਂ ਸੀਗੇ, ਕੀ ਵਿਜ਼ਨ ਤੁਹਾਡਾ ਰਹਿਣ ਵਾਲਾ ਚੱਬੇਵਾਲ ਦੇ ਵਿਕਾਸ ਵਾਸਤੇ ਔਰ ਹੁਸ਼ਿਆਰਪੁਰ ਦੇ ਡਾਕਟਰ ਰਾਜਕੁਮਾਰ ਹੋਣਾਂ ਦਾ ਸਹਿਯੋਗ ਜਿਹੜਾ ਕਿੱਦਾਂ ਲਓਗੇ? ਦੇਖੋ ਡਾਕਟਰ ਰਾਜਕੁਮਾਰ ਚੱਬੇਵਾਲ ਤਾਂ ਵੈਸੇ ਹੀ ਇੱਕ ਬਹੁਤ ਹੀ ਸੂਝਵਾਨ ਲੀਡਰ ਹੈ, ਤੁਹਾਨੂੰ ਪਤਾ ਹੀ ਹੈ, ਤੁਸੀਂ ਪੁਰਾਣੇ ਜਰਨਲਿਸਟ ਹੋ, ਉਹਨਾਂ ਨੇ ਆਲਰੇਡੀ ਕੌਂਸਟੀਚੁਐਂਸੀ ਲਈ ਬਹੁਤ ਕੁਛ ਕੀਤਾ ਅਤੇ ਹੁਣ ਕਿਉਂਕਿ ਉਹਨਾਂ ਨੇ ਦਿੱਲੀ ਚਲੇ ਜਾਣਾ, ਉਹ MP ਬਣ ਗਏ, ਉਹਨਾਂ ਨੇ ਸਾਰੇ ਹੁਸ਼ਿਆਰਪੁਰ ਲੋਕ ਸਭਾ ਨੂੰ ਦੇਖਣਾ ਔਰ ਸਾਰੀ ਲੋਕ ਸਭਾ ਦੀ ਆਵਾਜ਼ ਉੱਥੇ ਤੱਕ ਪਹੁੰਚਾਉਣੀ ਹੈ। ਅਤੇ ਚੱਬੇਵਾਲ ਅਸੀਂ ਚਾਹਾਂਗੇ ਕਿ ਚੱਬੇਵਾਲ ਕੌਂਸਟੀਚੁਐਂਸੀ ਵੀ ਪਹਿਲੇ ਵਾਂਗੂ ਹੀ ਵਧੇ, ਉੱਥੇ ਤਰੱਕੀ ਹੋਵੇ, ਬੇਰੋਜ਼ਗਾਰੀ ਜੋ ਥੋੜ੍ਹੀ ਬਹੁਤ ਉੱਥੇ ਹੈ ਉਹਨੂੰ ਅਸੀਂ ਖਤਮ ਕਰੀਏ। ਸੋ ਜੋ ਵੀ ਪਿੰਡਾਂ ਦੀਆਂ ਜ਼ਰੂਰਤਾਂ ਛੋਟੀਆਂ ਮੋਟੀਆਂ, ਚਾਹੇ ਉਹ ਗਲੀਆਂ ਨਾਲੀਆਂ, ਚਾਹੇ ਸੀਵਰੇਜ ਸਿਸਟਮ ਹੈ, ਚਾਹੇ ਪਾਣੀ ਦੀਆਂ ਟੈਂਕੀਆਂ, ਜੋ ਵੀ ਰਿਕੁਆਇਰਮੈਂਟ ਹੈ ਉੱਥੇ, ਮੈਂ ਚਾਹਾਂਗਾ ਕਿ ਆਪਾਂ ਸਰਕਾਰ ਦੇ ਥਰੂ ਉਹਨੂੰ
ਪੂਰਾ ਕਰੀਏ ਵੀ ਕੌਂਸਟੀਚੁਐਂਸੀ ਨੂੰ ਇਹ ਨਾ ਲੱਗੇ ਕਿ ਉਹਨਾਂ ਦਾ ਲੀਡਰ ਦਿੱਲੀ ਚਲਾ ਗਿਆ ਅਤੇ ਪਿੱਛੇ ਉਹਨਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ। ਇਸ ਨਰਕੇਸ਼ ਸੋਮਨ ਜੀ ਮਹੱਤਵਪੂਰਨ ਦਾਅਵੇਦਾਰੀ ਚੱਬੇਵਾਲ ਤੋਂ, ਔਰ ਚੱਬੇਵਾਲ ਕੌਂਸਟੀਚੁਐਂਸੀ ਦੇ ਉੱਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਕਿ ਕਿਸ ਤਰੀਕੇ ਦੇ ਨਾਲ ਇਹ ਵਿਧਾਨ ਸਭਾ ਖੇਤਰ ਜਿਹੜਾ ਆਉਣ ਵਾਲੇ 22 ਇਲੈਕਸ਼ਨ ਦੇ ਵਿੱਚ ਪਰਫੋਰਮ ਕਰੇਗਾ, ਆਪ ਪਾਰਟੀ ਕਿਸ ਨੂੰ ਟਿਕਟ ਦਿੰਦੀ ਹੈ ਔਰ ਬਾਕੀ ਪਾਰਟੀਆਂ ਦਾ ਕੀ ਰੁੱਖ ਰਹਿਣ ਵਾਲਾ। ਸੋ ਸਾਡੇ ਨਾਲ ਬੇਬਾਕੀ ਦੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਕਿ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ।